ਤੁਹਾਡੀਆਂ ਮੀਡੀਆ ਵਾਲੇ ਭਰਾਵਾਂ ਦੀਆਂ ਚਲਾਈਆਂ ਹੋਈਆਂ ਨੇ। ਸੁਣ ਤਾਂ ਲਓ, ਇੱਕ ਮਿੰਟ ਪਹਿਲਾਂ ਸੁਣ ਤਾਂ ਲਓ ਨਾ। ਭਗਵੰਤ ਮਾਨ ਜੀ ਮੇਰੇ ਮੁੱਖ ਮੰਤਰੀ ਵੀ ਨੇ, ਮੇਰੀ ਪਾਰਟੀ ਦੇ ਪ੍ਰਧਾਨ ਵੀ ਨੇ, ਤੇ 4 ਦਿਨ ਪਹਿਲਾਂ ਤੱਕ ਉਹ ਮੇਰੇ MP ਵੀ ਸੀਗੇ, ਤੇ ਸਭ ਤੋਂ ਵੱਡੀ ਔਰ ਉੱਪਰਲੀ ਗੱਲ ਉਹ ਮੇਰੇ ਵੱਡੇ ਭਰਾ ਨੇ। ਸਾਡਾ ਸੰਬੰਧ ਹੈ ਜਿਹੜਾ ਉਹ ਅੱਜ ਦਾ ਨਹੀਂ ਹੈਗਾ, ਸਾਡਾ ਸੰਬੰਧ ਹੈ ਜਿਹੜਾ ਉਹ 1992-93 ਵੇਲੇ ਦਾ, ਜਦ ਭਗਵੰਤ ਮਾਨ ਜੀ ਨੇ ਇਹੋ ਜਿਹੇ ਕਾਮੇਡੀ ਆਪਦਾ ਕੈਰੀਅਰ ਸ਼ੁਰੂ ਕੀਤਾ ਸੀਗਾ। ਸੁਨਾਮ ਦੇ ਨਾਲ ਉਹਨਾਂ ਦਾ ਸਾਡੇ ਹਲਕੇ ਦੇ ਵਿੱਚ ਪਿੰਡ ਪੈਂਦਾ ਸੀਗਾ, ਅਤੇ ਉਦੋਂ ਤੋਂ ਹੀ ਸਾਡੇ ਪਰਿਵਾਰਕ ਸੰਬੰਧ ਨੇ ਮੇਰੇ ਪਿਤਾ ਜੀ ਦੇ ਵੇਲੇ ਤੋਂ। ਸੋ ਇਸ ਕਰਕੇ ਮੇਰਾ ਮੁੱਖ ਮੰਤਰੀ, ਮੇਰਾ ਲੀਡਰ, ਮੇਰਾ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਉਹ ਮੇਰੇ ਵੱਡੇ ਭਰਾ ਨੇ। ਨਾ ਕਦੇ ਅਮਨ ਅਰੋੜਾ ਉਹਨਾਂ ਤੋਂ ਕਦੇ ਨਾਰਾਜ਼ ਸੀਗਾ, ਨਾ ਹੈ ਅਤੇ ਨਾ ਕਦੇ ਹੋਊਗਾ। ਕਿਰਪਾ ਕਰਕੇ ਮੇਰੀ ਤੁਹਾਨੂੰ ਸਾਰੇ ਮੀਡੀਆ ਦੇ ਸਾਥੀਆਂ ਨੂੰ ਬੇਨਤੀ ਹੱਥ ਜੋੜ ਕੇ ਕਿ ਇਹਦੇ ਬਾਰੇ ਵਾਰ-ਵਾਰ ਤੁਸੀਂ ਉਹੀ ਟੇਢੇ ਮੇਢੇ ਸਵਾਲ ਕਰਕੇ ਇਹ ਗੱਲਾਂ ਆਪਦਾ ਤੁਸੀਂ ਖਬਰਾਂ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਮੈਂ ਸੁਣ ਤਾਂ ਲਓ ਨਾ ਇਹ ਕਦੇ ਗੱਲ ਸੀ, ਨਾ ਹੈ ਅਤੇ ਨਾ ਕਦੇ ਹੋਊਗੀ। ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਅਮਨ ਅਰੋੜਾ, ਸੁਨਾਮ ਔਰ ਜਿੰਨੀ ਵੀ ਕੋਈ ਜ਼ਿੰਮੇਵਾਰੀ ਮਾਨ ਸਾਹਿਬ ਲਾਉਣਗੇ, ਮੈਂ ਇਕੱਲੇ ਆਪਦੇ ਹਲਕੇ ਦੇ ਔਰ ਪੰਜਾਬ ਦੇ ਵਿਅਕਤੀਆਂ ਦੀਆਂ ਆਸਾਂ ਉੱਪਰ ਖੜੇ ਉੱਤਰਦੇ। ਅਮਨ ਅਰੋੜਾ, ਅੱਜ ਦੀ ਮੀਟਿੰਗ ਦੇ ਵਿੱਚ ਭਗਵੰਤ ਮਾਨ ਜੀਆਂ ਦੀ ਸਰਕਾਰ ਨੂੰ ਔਰ ਸਾਰੇ 92 MLAs ਨੂੰ ਅਰਵਿੰਦ ਕੇਜਰੀਵਾਲ ਜੀ ਨੇ ਸ਼ੁਭਕਾਮਨਾਵਾਂ ਦਿੱਤੀਆਂ ਨੇ, ਅਤੇ ਇਹ ਕਿਹਾ ਕਿ MLA ਬਣਨ ਦਾ, ਸੱਤਾ ਦਾ ਹੰਕਾਰ ਨਹੀਂ ਕਰਨਾ ਹੈਗਾ, ਨਿਮ ਕੇ ਝੁੱਕ ਕੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੋ ਜਾਓ। ਅਸੀਂ ਇਕੱਲੇ ਸਰਕਾਰ ਬਦਲਣ ਦੇ ਲਈ ਨਹੀਂ ਆਏ ਹੈਗੇ, ਅਸੀਂ ਸਿਸਟਮ ਦੇ ਪਰਿਵਰਤਨ ਦੇ ਲਈ ਆਏ ਹਾਂ। ਜਿਸ ਤਰੀਕੇ ਦੇ ਨਾਲ ਅਰਵਿੰਦ ਜੀਆਂ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਲੋਕ ਅੱਜ ਸੁੱਖ ਦਾ ਸਾਹ, ਖੁਸ਼ੀ ਦਾ ਸਾਹ ਲੈ ਰਹੇ ਨੇ, ਇਹੀ ਟਾਰਗੇਟ ਸਾਡਾ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਦਾ ਹੋਊਗਾ। ਅਤੇ 100% ਦਾਅਵੇ ਨਾਲ ਅਤੇ ਵਾਅਦੇ ਨਾਲ ਕਹਿੰਦੇ ਹਾਂ ਕਿ ਕੇਜਰੀਵਾਲ ਸਾਹਿਬ ਦੀਆਂ ਉਮੀਦਾਂ ਦੇ ਉੱਪਰ ਵੀ ਅਤੇ ਪੰਜਾਬ ਦੀ 3 ਕਰੋੜ ਜਨਤਾ ਦੇ ਉੱਪਰ ਵੀ ਭਗਵੰਤ ਮਾਨ ਜੀ ਦੀ ਸਰਕਾਰ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਉਹਨਾਂ ਦੀ ਉਮੀਦਾਂ ਸਦ ਉੱਪਰ ਖਰੇ ਉਤਰਾਂਗੇ। ਇਹ ਤਾਂ ਡੈਫੀਨੇਟਲੀ ਯੈਸ ਹੈ ਜੀ। ਅੱਜ ਤੱਕ ਸਾਰੇ ਗਧੇ ਘੋੜੇ ਨੇ ਜਿਹੜੇ ਉਹ ਹੁਣ ਤੱਕ ਪੁਰਾਣੀਆਂ ਪਾਰਟੀਆਂ ਦੇ ਸਰਕਾਰਾਂ ਉਹ ਇਕੱਠੇ ਕਰਦੀਆਂ ਰਹੀਆਂ ਨੇ, ਜਿਹੜੇ ਲੋਕਾਂ ਨੂੰ ਪਾਰਟੀ ਜਿਹੜੀ ਵਿਅਕਤੀ ਨੂੰ ਐਡਾ ਵੱਡਾ ਮੈਂਡੇਟ ਦੇਤਾ ਹੋਵੇ, ਫਤਵਾ ਦੇਤਾ ਹੋਵੇ ਲੋਕਾਂ ਨੇ, ਅਤੇ ਜੇ ਫਿਰ ਵੀ ਉਹ ਕੋਈ ਕੰਮ ਨਹੀਂ ਕਰਦਾ, ਚਾਹੇ ਉਹ ਅਮਨ ਅਰੋੜਾ, ਚਾਹੇ ਕੋਈ ਉੱਪਰਲਾ ਅਤੇ ਚਾਹੇ ਕੋਈ ਨੀਚੇ ਵਾਲਾ, ਜਿਹੜਾ ਕੰਮ ਨਹੀਂ ਕਰੂਗਾ ਅਤੇ ਫਿਰ ਤਾਂ ਕੋਈ ਆਈਡੀਆ ਨਹੀਂ ਬਣਦਾ ਹੈਗਾ। ਪਰਫੋਰਮੈਂਸ ਹੈ ਜਿਹੜੀ, ਕੰਮ ਹੈ ਜਿਹੜਾ ਉਹਨੂੰ, ਕਿਉਂਕਿ ਉਮੀਦਾਂ ਲੋਕਾਂ ਦੀਆਂ ਬਹੁਤ ਨੇ ਉਹਦੇ ਉੱਪਰ ਖਰਾ ਉਤਰਨ ਦੇ ਲਈ। ਕੇਜਰੀਵਾਲ ਸਾਹਿਬ ਨੇ ਵੀ ਕਿਹਾ ਕਿ 24 ਦੇ ਵਿੱਚੋਂ 30 ਘੰਟੇ ਕੰਮ ਕਰਨਾ ਪਊਗਾ। ਸਭਾ ਸੀਟਾਂ ਬਾਰੇ ਕੋਈ ਚਰਚਾ ਹੋਈ ਸਰ? ਨਹੀਂ, ਇਹਦੇ ਬਾਰੇ ਨਾ ਕੋਈ ਚਰਚਾ ਹੋਈ ਹੈ, ਅਤੇ ਸਿਰਫ ਔਰ ਸਿਰਫ ਲੋਕਾਂ ਦੀ ਉਮੀਦਾਂ ਦੇ ਉੱਪਰ ਕਿਵੇਂ ਖਰਾ ਉਤਰਨਾ ਉਹਦੇ ਬਾਰੇ ਗੱਲ ਹੈ ਜਿਹੜੀ ਉਹ ਕੀਤੀ ਗਈ ਹੈ। ਮੈਂ ਅੱਜ ਤੱਕ ਇਹੋ ਜਿਹੀ ਗੱਲ ਕਿਸੇ ਪਾਰਟੀ ਦੇ ਨੈਸ਼ਨਲ ਕਨਵੀਨਰ ਤੋਂ ਜਾਂ ਮੁੱਖ ਮੰਤਰੀ ਤੋਂ ਸੁਣੀ ਨਹੀਂ ਹੈਗੀ, ਜਿਹੜੀ ਅੱਜ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਦੇ ਮੂੰਹੋਂ ਸੁਣਨ ਨੂੰ ਮਿਲੀ ਹੈ। ਮੈਂ ਸਮਝਦਾ ਕਿ ਸੱਤਾ ਪਰਿਵਰਤਨ ਤੋਂ ਇਲਾਵਾ ਸਿਸਟਮ ਪਰਿਵਰਤਨ ਹੋਣ ਦਾ ਇਸ਼ਾਰਾ ਜਿਹੜਾ ਹੋਣ ਵਾਲਾ ਕੰਮ ਹੈ ਜਿਹੜਾ ਉਹ ਅੱਜ ਤੋਂ ਹੀ ਸ਼ੁਰੂ ਹੋ ਚੁੱਕਿਆ।